जिथे कमेडियन दे तौर दे उत्ते अपना राजनीतिक सफर शुरू करने वाले भगवंत मान अज पंजाब च सीएम दे ओहदे दी कुर्सी तक पहुंच चुके ने। उत्थे ही पंजाब दे एक होर गायक बलकार सिंह सिद्धू भी पंजाब विधानसभा दीआं पौड़ियां चढ़न च कामयाब होए ने। रामपुरा फूल तो विधायक चुने गए ने। बलकार जी, एक गायक दे तौर दे उत्ते शुरुआत कीती, पंजाबियां ने प्यार दिता, अज वोटां च खड़े होए तां उत्थे भी लोकां ने हत्थां ते चक लिया, किवें लग रिहा है? देखो, 25 साल गाया, पंजाबियां ने रोजी रोटी दित्ती है। मैं पहला भी इन इंटरव्यू होईआं, ओह इह कहिंदा सी वी पंजाबियां ने मैनूं खुशियां सुख दित्ता, रब दा मैं देखिआ नहीं, पंजाबियां जो रब देखदा। अज फिर इन्ना माण बख्शिआ, भारी बहुमतां ने जताया, इह जित्ता जिहड़ी पंजाब साढ़े पंजाबियां दी हलके च मेरे वर्कर साहिबान, हलके दे लीडर साहिबान, उन्होंने दिन रात मेहनत करके यह जित प्राप्त की। मेरे कले की जित नहीं, यह हल्के वाले सारे और योद्धा की जित है, जिन्होंने 24 घंटे जो 20 घंटे काम किया। श्री अरविंद केजरीवाल साहब वह बधाई के पात्र ने, सरदार भगत सिंह मान साहब वह बधाई के पात्र है, क्योंकि उन्होंने हूं बहुत प्यार करते लोग उन्होंने नाम से, जिहड़ा अज पंजाब की सरकार बनी आ, एड्डी वड्डी जित हुई आ। मान साहब केजरीवाल साहब नूं जिथे दुनिया बधाई दे रही आ, उत्थे खुशी मना रही आ भी अज जिहड़ी सानूं पंजाब दूजी बार आजाद हो गया, भी हुण पंजाब सोहणा बणूगा। कदी सोचा सी कि बठिंडे दे टिब्बियां दी आवाज जिहड़ी डैकां कैसटां ते गूंजदी सी विधानसभा च वी गूंजेगी? नहीं, देखो एक तां जरूर सोचदे सी वी यार आपां नूं हरेक वार विश्वासघात कर जांदे, झूठ बोल के सरकारां बना जांदे आ, फिर सरकारां बन जांदे फिर चूंडण लग जांदे पंजाब, जिहड़ा आउंदा ओह भुल जांदा पंजाब, भुल जांदा दुनिया, भुल जांदा दुख, बस आप दीआं हवेलियां, कोठियां, महल, प्रॉपर्टियां बनाउण ते लग जांदा, चूंड रहे सी पंजाब नूं। ਹੁਣ ਪੰਜਾਬ ਆ ਜਿਹੜਾ ਉਹ ਜਿਹੜਾ ਵਧੀਆ ਬਣਾਵਾਂਗੇ, ਇਹਨਾਂ ਲਟੇਰਿਆਂ ਤੋਂ ਪੰਜਾਬ ਆਪਾਂ ਛੜਾ ਲਿਆ। ਇੱਕ ਗਾਣਾ ਸੀ ਤੁਹਾਡਾ ਕਿ ਮਾਂ ਤੇਰਾ ਪੁੱਤ ਲਾਡਲਾ ਨਹੀਂ ਇਕੱਲਾ ਬੈਠ ਕੇ ਰਾਤ ਨੂੰ ਰੋਵੇ, ਸੋ ਕੋਸ਼ਿਸ਼ ਕਰੋਗੇ ਏਦਾਂ ਦਾ ਪੰਜਾਬ ਬਣਾਉਣ ਦੀ ਕਿ ਸਾਡੇ ਧੀਆਂ ਪੁੱਤ ਵਿਦੇਸ਼ਾਂ ਤੇ ਨਾ ਜਾਣ ਤੇ ਕਿਸੇ ਪੁੱਤ ਨੂੰ ਵਿਦੇਸ਼ਾਂ ਤੇ ਜਾ ਕੇ ਮਾਂ ਪਿਓ ਤੋਂ ਪਰੇ ਹੋ ਕੇ ਰੋਣਾ ਨਾ ਪਵੇ? ਬਹੁਤ ਦੁੱਖ ਦੇਖੇ, ਬਾਹਰ ਜਾਂਦੇ ਆ, ਜਦੋਂ ਬਾਹਰ ਕੈਨੇਡਾ ਜਾਈਦਾ ਉੱਥੇ ਦੇਖੀਦਾ ਵੀ ਕਿਹੜੇ ਹਾਲਾਤਾਂ ਨਾਲ ਉੱਥੇ ਬੱਚੇ ਪੜ੍ਹਦੇ ਆ। ਮਾਪੇ ਕਹਿੰਦੇ ਪੁੱਤ ਘਰੇ ਵੀ ਭੇਜਦੇ, ਕੋਈ ਥੋੜੇ ਘਣੇ ਡਾਲਰ ਪੈਸੇ, ਅਸੀਂ ਕਰਜ਼ਾ ਤਾਂ ਨਹੀਂ ਲੈਂਦਾ, ਵਿਆਜ ਮੋੜ ਦਈਏ। ਉਹ ਬੱਚੇ ਨਾਲ ਤਾਂ ਮਿਹਨਤ ਕਰਦੇ ਆ, ਨਾਲੇ ਫੀਸਾਂ ਭਰਦੇ ਆ, ਨਾਲੇ ਆਪਦਾ ਉੱਥੇ ਆਪਣਾ ਪਾਪੀ ਪੇਟ ਲਈ ਕੰਮ ਕਰਦੇ ਆ, ਤੇ ਦੇਖੋ ਕਿੰਨੇ ਔਖੇ ਨੇ, ਸਾਰੀ ਜ਼ਿੰਦਗੀ ਲੱਗ ਜਾਂਦੀ ਉਹਨੂੰ ਕਾਮਯਾਬ ਹੋਣ ਵਾਸਤੇ। ਉਹ ਕਿਉਂ ਭੇਜਦੇ? ਕਈ ਮਾਪੇ ਕਹਿੰਦੇ ਵੀ ਇੱਥੇ ਹੈ ਕੀ ਆ, ਇੱਥੇ ਡਰਦੇ ਸੀਗੇ ਵੀ ਸਾਡੇ ਬੱਚੇ ਗਲਤ ਸੰਗਤ 'ਚ ਨਾ ਪੈ ਜਾਣ, ਆ ਚਿੱਟੇ ਵਰਗਾ ਚੰਦਨਾ ਨਸ਼ਾ, ਕਿਤੇ ਸਾਡੇ ਬੱਚੇ ਇਹਨਾਂ ਨੂੰ ਕਿਤੇ ਮੂੰਹ ਥਾਣੀ ਨਾ ਲੰਘ ਜੇ, ਮੁੜ ਕੇ ਮੌਤ ਹੈ। ਮਾਪੇ ਬਾਹਰ ਤੋਰ ਰਹੇ ਸੀਗੇ, ਹੁਣ ਮੇਰਾ ਖਿਆਲ ਆ ਵੀ ਹੁਣ ਇਹ ਸੁੱਖ ਦਾ ਸਾਗ ਆਊਗਾ, ਇੱਥੇ ਰੁਜ਼ਗਾਰ ਦੇਵਾਂਗੇ, ਪੰਜਾਬ ਦੇ ਗੱਭਰੂ ਪੰਜਾਬ 'ਚ ਰਹਿਣਗੇ। ਮਾੜਾ ਜਿਹਾ ਲਿਸੇ ਹੋਏ ਹੋ, ਡੋਰ ਟੂ ਡੋਰ ਦਾ ਅਸਰ ਆ ਕੇ ਡਾਇਟਿੰਗ ਡੂਟਿੰਗ ਸ਼ੁਰੂ ਕੀਤੀ ਹੋਈ ਹੈ? ਨਹੀਂ ਜੀ, ਡਾਇਟਿੰਗ ਕਾਹਦੀ, ਰੋਟੀ ਤਾਂ ਮਿਲਦੀ ਨਹੀਂ ਖਾਣ ਨੂੰ, ਖੁਸ਼ੀ ਤੁਰੇ ਫਿਰਦੇ ਸੀ, ਖੁਸ਼ੀ ਇੰਨੀ ਸੀ ਕਿ ਜਿਹੜੇ ਪਿੰਡ ਜਾਂਦੇ ਸੀ ਇੰਨਾ ਪਿਆਰ ਇਹ ਜਾਂਦੇ ਸੀ, ਇਹਨੂੰ ਲੋਕ ਮਗਰ ਪੈ ਜਾਂਦੇ ਸੀ, ਰੂਟਿੰਗ ਨਾਅਰੇਬਾਜ਼ੀ ਹੁੰਦੀ ਸੀ, ਮੁਰਦਾਬਾਦ ਕਹਿੰਦੇ, ਸਾਨੂੰ ਪਿਆਰ ਮੁਹੱਬਤ ਇੰਨੀ ਇੱਜ਼ਤ ਮਿਲਦੀ ਸੀਗੀ ਬਜ਼ੁਰਗਾਂ ਵੱਲੋਂ, ਮਾਪਿਆਂ ਵਰਗਾ ਪਿਆਰ ਆਸ਼ੀਰਵਾਦ, ਭੈਣ ਭਰਾਵਾਂ ਵੱਲੋਂ ਪਿਆਰ। ਮੈਂ ਕਹਿੰਦਾ ਵੀ ਮੈਂ ਗਾਇਆ 25 ਸਾਲ ਪਰ ਉਹ ਵੀ ਪਿਆਰ ਮਿਲਿਆ, ਇਹ ਵੀ ਪਿਆਰ। ਲੋਕ ਇਹ ਕਹਿੰਦੇ ਨੇ ਕਿ ਕਲਾਕਾਰ ਜਿਹੜੇ ਨੇ ਇਹ ਜਿੱਤ ਤਾਂ ਜਾਂਦੇ ਨੇ ਪੋਪੂਲੈਰਿਟੀ ਦੇ ਸਿਰ ਤੇ, ਪਰ ਲੀਡਰ ਸਿਆਸਤਦਾਨ ਖਰੇ ਨਹੀਂ ਉਤਰਦੇ, ਉਹਨਾਂ ਉਮੀਦਾਂ ਤੇ ਖਰੇ ਨਹੀਂ ਉਤਰਦੇ। ਮੈਂ ਤੁਹਾਨੂੰ ਗੱਲ ਦੱਸਦਾ, ਮੈਨੂੰ ਕਹਿੰਦੇ ਸੀ ਬਲਕਾਰ ਸਿੱਧੂ ਅੱਗੇ ਜਿੱਦੇ ਜਿੱਤ ਗਿਆ ਹਲਕਾ ਛੱਡ ਕੇ ਜਾਵੜੂ। ਉਸ ਦਿਨ ਦਾ ਇੱਕ ਦਿਨ ਫਾਦਰ ਸਾਹਿਬ ਸਾਡੇ ਐਕਸੀਡੈਂਟ ਹੋ ਗਿਆ ਸੀ, ਉਹਨਾਂ ਦੇ ਫ੍ਰੈਕਚਰ ਹੋ ਗਿਆ ਸੀ ਤੇ ਫਾਦਰ ਲਾ ਨੂੰ ਅਟੈਕ ਹੋ ਗਿਆ ਸੀਗਾ। ਇੱਕ ਰਾਤ ਬਾਹਰ ਗਿਆ ਉਹਨਾਂ ਨੂੰ ਚੈੱਕਅਪ ਕਰਾਉਣ ਮੁਹਾਲੀ, ਉਸ ਦਿਨ ਦਾ ਇੱਥੇ ਅਤੇ ਜਿਹੜੇ ਕਹਿਣ ਵਾਲੇ ਆ ਦਫ਼ਤਰ ਉਹਨਾਂ ਦੇ ਬੰਦ ਹੋ ਗਏ, ਛੱਡ ਕੇ ਪਤਾ ਨਹੀਂ ਕਿੱਧਰ ਭੱਜ ਗਏ, ਲੋਕ ਭਾਲਦੇ ਫਿਰਦੇ ਆ। ਹੁਣ ਜਿਹੜੇ ਮੇਰੇ ਨਾਲ ਦੇ ਸਾਥੀ ਆ ਨਾ, ਜਿਹੜੇ ਮੇਰੇ ਲਈ ਹੈਲਪ ਕਰਨ ਆਏ ਸੀ, ਉਹ ਵੀ ਨਾਲ, ਉਹ ਕਹਿੰਦੇ ਸਾਡਾ ਹਲਕਾ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ, ਕਿਉਂਕਿ ਹੁਣ ਇੰਨਾ ਮਾਣ ਬਖਸ਼ਿਆ ਹਲਕੇ ਲਈ। ਤੁਹਾਡੇ ਸੀਐਮ ਨੇ ਵੀ ਕਹਿਤਾ ਕਿ ਚੰਡੀਗੜ੍ਹ ਨਹੀਂ ਆਉਣਾ, ਨਹੀਂ ਆਉਣਾ ਆਪਣੇ ਹਲਕੇ। ਚੰਗੀ ਗੱਲ ਆ, ਜੇ ਚੰਡੀਗੜ੍ਹ ਜਾ ਕੇ, ਇਹ ਤਾਂ ਕੀ ਕਰ, ਜਿੱਤ ਕੇ ਚੰਡੀਗੜ੍ਹ ਜਾ ਵੜਦੇ ਸੀ, ਉੱਥੇ ਸਾਥੀ ਲੋਕਾਂ ਨੂੰ ਕੰਮ ਕਰਾਉਣ, ਅਸੀਂ ਪਿੰਡਾਂ 'ਚ ਜਾਂਦੇ ਹਾਂ, ਪਿੰਡਾਂ ਜਾ ਕੇ ਕੰਮ ਕਰਾਇਆ ਕਰ, ਜਿਹੜੇ ਪਿੰਡ 'ਚ ਉੱਥੇ ਜਾ ਕੇ ਲੋਕਾਂ ਦੀ ਦੁੱਖ ਸੁੱਖ ਵਿੱਚ ਸ਼ਰੀਕ ਹੋਵੋ। ਗਾਇਕੀ ਜਾਰੀ ਰਹੂਗੀ ਕਿ ਹੁਣ ਵਧਾਇਕੀ ਰਹੂਗੀ ਬਸ? ਨਹੀਂ, ਗਾਵਾਂਗੇ ਜੀ, ਪਤਾ ਕੀ ਬੱਚੇ ਦਾ ਗਾਵਾਂਗੇ, ਕਿਉਂਕਿ ਉੱਥੇ ਵੀ ਬਹੁਤ ਨੇ ਪਿਆਰ ਕਰਨ ਵਾਲੇ, ਪਿਆਰ ਵੀ ਕਰਦੇ ਆ, ਬੱਚੇ ਪਾਲਣੇ ਆ, ਖਰਚੇ ਵੱਧ ਗਏ, ਹੁਣ ਬੱਚੇ ਪਾਲਣੇ, ਬੱਚੇ ਪਾਲਣ ਵਾਸਤੇ ਪੈਸਾ ਕਿੱਥੋਂ ਆਊਗਾ, ਕੱਲੀ ਤਨਖਾਹ ਦਾ ਜਿਹੜੀ
तनखाह तक गुजारा नहीं होना, खर्चे बद गए, प्रोग्राम ए नहीं भी लगातार लाया करा, इन चाह भी पिनी पैनी, वो तो होंगे चलते गुरु का लंगर तो चलते ही रहा अपने पंजाबियों के घर हर च, पर फिर भी जरा खर्चे बहुत बच्चे पढ़ाने वो की है ओने नहीं लाने खर्चे जो कि प्रोग्राम लाया करा ना तो जो पंजाबियों ने प्यार दिता उन्होंने मिलते जुलते रहेंगे। तो साढ़े कहड़े को फैक्ट्री आ जिहड़ा एमएलए बनदे सियासत नूं धंधा तां नहीं बनाओगे, गाउण गावांगे जी, गा के परिवार पालांगे, ये नहीं कहना जी फैक्ट्री बंद हुई है कि बसां बंद हुई मेरी तां फैक्ट्री नहीं कल नूं बलकार सिद्धू ने बसां पाईआं हुण रामपुरा फूल च नहीं नहीं बहुत जिन्ना मिल गया जी वो बहुत बहुत देता सोचा नहीं सीना बलकार सिद्धू ट्रैक्टर की किश्त नहीं मुड़नी सी आम परिवार घरे जमे हाँ जी कोई गाणा याद आ रहा माझे वालियां दा इन्ना प्यार दे आ गई जी अपने मैं कहा कोई गाणा याद आ रहा माझे वालियां दा प्यार दे के ਬਾਜੀ ਦੀ ਮੋਹਤੀ ਹੈ ਚਲੋ ਮਿਹਰਬਾਨੀ ਆ ਗਏ ਸੀ ਐਮ ਸਾਹਿਬ ਧੰਨਵਾਦ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ